पहला देखो सीसीटीवी कैमरे विच कैद हुई इन तस्वीरां नूं। मोटरसाइकल तो उतर के नौजवान अपने डब विचों जी। उधर की बने और भाई जी फिर मेरे उन्होंने तलवार मारी, मेरे नाल दा बाइक थले डिग पिया, तो उन्होंने मेरे काफ़ी सट्टा मारिया, तो मेरे सैड तो मेरी तलवार वज गई, तो इन्होंने और सब कुछ लुट खो के लै गए। तो फिर असी बहू ने फोन किया, नाल पुलिस भी आ गए, उन्होंने साढ़े नाल आंढी गुआढ़ी भी इकट्ठे हो गए, वह भी आए, उन्होंने जा चुके से। कितना कैश है? कैश 250 हो जाएगा जी। 3000 जी। टाइम कितना है? टाइम 9:30 ਦੇ ਵਿਚਕਾਰ। ਇਹ ਲੁੱਟ ਹੋਈ ਕਿਸ ਕਲ ਹੋਈ? ਉਹ 6 ਬੰਦੇ ਆਏ ਸੀਗੇ, ਦੋ ਮੋਟਰਸਾਈਕਲ ਤੇ, ਤਾਂ ਉਹਨਾਂ ਨੇ ਨਾ 800 ਰੁਪਏ ਦਾ ਤੇਲ ਪਵਾਉਣਾ ਸੀ, 800 ਰੁਪਏ ਦੇ ਮੋਟਰਸਾਈਕਲ ਤੇ, ਤੇ ਇੱਕ ਮੋਟਰਸਾਈਕਲ ਤੇ ਕਿੰਨਾ ਵਾ 500 ਦਾ ਤੇਲ ਪਿਆ, ਦੂਜੇ ਮੋਟਰਸਾਈਕਲ ਤੇ 300 ਰੁਪਏ ਦਾ ਤੇਲ ਪਿਆ, ਤਾਂ ਤੇਲ ਪੈਂਦੇ ਨਾ, ਜਦੋਂ ਉਹਨਾਂ ਪੇਮੈਂਟ ਮੰਗੀ ਉਹਨਾਂ ਨੇ ਪਿਸਤੌਲ ਨਿਕਾਲ ਲਿੱਤੀ, ਤਾਂ ਕਹਿੰਦਾ ਤੁਹਾਡੇ ਕੋਲ ਕੈਸ਼ ਉਹ ਕਰੋ, ਤਾਂ ਨਾਲੇ ਜਦੋਂ ਉਹਨਾਂ ਦੀ ਪਿਸਤੌਲ ਖੋਸਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਹਨਾਂ ਨੇ ਪਿਸਤੌਲ ਖੋਲਿਆ, ਦੂਜੇ ਮੁੰਡੇ ਨੇ ਆ ਕੇ ਕਹਿੰਦਾ, ਦੂਜੇ ਬੰਦੇ ਨੇ ਆ ਕੇ ਮੇਰੇ ਬਟ ਮਾਰੀ ਪਿਸਤੌਲ ਦੀ, ਅਤੇ ਨਾਲੇ ਕਹਿੰਦਾ ਮੈਂ ਥੱਲੇ ਡਿੱਗ ਪਿਆ, ਅਤੇ ਨਾਲੇ 4 ਬੰਦੇ ਨੇ ਕਹਿੰਦਾ ਮੈਂ ਨਾਲ ਵਾਲੇ ਮੁੰਡੇ ਨੂੰ ਚਿਮੜ ਗਏ ਸੀਗੇ ਪਿਸਤੌਲ ਲੈ ਕੇ, ਸਾਡੇ ਕੋਲ ਅਸਲਾ ਸੀ ਸੀਗਾ, ਤਾਂ ਨਾਲੇ ਇੱਕ ਨੇ ਨਾ ਤਲਵਾਰ ਨਾਲ ਮੁੰਡੇ ਨਾਲ ਹਮਲਾ ਕੀਤਾ। ਕਿੰਨੇ ਬੰਦੇ ਸੀ ਟੋਟਲ? 6-7 ਬੰਦੇ ਸੀਗੇ। 6-7 ਅਤੇ ਨਾਲ ਬੰਦੇ ਤੁਹਾਡੇ ਮੁਲਾਜ਼ਮ ਕਿੰਨੇ ਸੀ? ਅਸੀਂ 2 ਜਣੇ ਸੀਗੇ ਜੀ। ਹਮਲਾ ਕਿੰਨੇ ਬੰਦੇ? 2 ਬੰਦੇ 'ਤੇ ਕੀਤਾ? ਹਾਂ, ਸਾਡੇ ਦੋਨੋਂ ਦੇ ਉੱਤੇ ਕੀਤਾ ਜੀ। ਉਸ ਤੋਂ ਬਾਅਦ? ਉਸ ਤੋਂ ਬਾਅਦ ਅਸੀਂ ਬਾਊ ਨੂੰ ਫੋਨ ਕੀਤਾ, ਤਾਂ ਨਾਲੇ ਕਹਿੰਦਾ ਬਾਊ ਨੂੰ ਫੋਨ ਆ ਕੇ ਪੁਲਿਸ ਬੁਲਾਈ ਹੈ।